लड्डू वंडे गए, खुशियां मनाईयां गईयां। जी हां, अकाली दल दे कैंडिडेट सरदार कुलवंत सिंह कंता नूं वोटरां वल्लों तोलिया गया लड्डूआं नाल। सरदार कुलवंत सिंह कंता जो कि चोण कंपेन जोरां शोरां नाल कर रहे ने, चोण कंपेन करन पहुंचे 22 एकड़ बरनाला विखे, जिथे वोटरां वल्लों उन्हां दा बहुत वध चढ़ के सन्मान कीता गया ते लड्डूआं नाल तोलिया गया। साडे मीडिया नाल गल करदे उन्हां ने कहा कि जे मैं जित गया तां 6 महीनिआं दे अंदर अंदर जो मैं वादे ते दावे कीते हन ओह पूरे करांगा ते जनता दीआं आसां ते उम्मीदां ते खरा उतरांगा। वोटरां वल्लों बहुत वध चढ़ के प्यार ते सन्मान ਜਿਹੜਾ ਇਹ ਲੋਨ ਦਾ ਕੰਮ ਆ, ਇਹ ਕੋਸ਼ਿਸ਼ ਆ ਮੇਰੀ ਵੀ ਘੱਟ ਤੋਂ ਘੱਟ ਵਿਆਜ ਤੇ ਤੇ ਬੜੀ ਆਸਾਨੀ ਨਾਲ ਦਿੱਤਾ ਜਾਵੇ। ਦੋ ਪਹੀਆ ਵਾਹਨ ਟੂ ਵੀਲਰ ਕਰਦੇ ਆ, ਜਾਂ ਫਿਰ ਅਸੀਂ ਜਿਹੜੇ ਛੋਟੇ ਦੁਕਾਨਦਾਰ ਆ ਜਿਵੇਂ ਉਹਨਾਂ ਨੇ ਕੋਈ ਮਾਲ ਪਾਉਣਾ ਅੱਗੇ, ਤਾਂ ਅਸੀਂ ਉਹਨਾਂ ਨੂੰ ਉਹ ਮਾਲ ਪਾਉਣ ਲਈ ਅਸੀਂ ਉਹਨਾਂ ਨੂੰ ਇੱਕ ਲੋਨ ਜਾਂ ਕਰਜ਼ ਆਪਾਂ ਦਿੰਦੇ ਹਾਂ। ਬਹੁਤ ਸਤਿਕਾਰਯੋਗ ਸਾਰੀ ਰੇੜੀ ਯੂਨੀਅਨ ਤੋਂ, ਜਿੰਨੇ ਵੀ ਮੇਰੇ ਭਰਾ ਖੜੇ ਆ, ਸਮੁੱਚੀ ਸਾਰੀ ਮਾਰਕੀਟ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰੇ ਤੁਹਾਡਾ? ਅੱਜ ਤੁਹਾਡੇ ਵੱਲੋਂ ਕਾਂਤਾ ਜੀ ਨੂੰ ਇੱਕ ਸਨਮਾਨ ਦੇ ਤੌਰ ਤੇ ਬੁਲਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਕੁਲਵੰਤ ਸਿੰਘ ਕਾਂਤਾ ਜੀ ਬਹੁਤ ਦਰਵੇਸ਼ ਬੰਦੇ ਨੇ, ਬਹੁਤ ਇਹਨਾਂ ਦੇ ਪਿਤਾ ਜੀ ਨੇ ਬਹੁਤ ਗਰੀਬਾਂ ਦੀ ਸੇਵਾ ਕੀਤੀ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਵੱਧ ਤੋਂ ਵੱਧ ਸਨਮਾਨ ਕੀਤਾ ਜਾਵੇ। ਲੋਕਾਂ ਨੂੰ ਵੀ ਬਹੁਤ ਵਾਰ ਅਪੀਲ ਆ ਜੀ, ਇਹਨਾਂ ਨੂੰ ਵੱਧ ਤੋਂ ਵੱਧ ਬੂਟਾ ਦਿੱਤਾ ਜਾਵੇ। ਤੁਸੀਂ ਸਨਮਾਨ ਦੀ ਗੱਲ ਕਰ ਰਹੇ ਹੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੇ ਤਰ੍ਹਾਂ ਦਾ ਸਨਮਾਨ ਤੁਸੀਂ ਕਰਨ ਜਾ ਰਹੇ ਹੋ? ਅਸੀਂ ਭਾਈ ਉਹਨਾਂ ਨੂੰ ਲੱਡੂਆਂ ਨਾਲ ਤੋਲ ਰਹੇ ਹਾਂ। ਸਨਮਾਨ ਕਰ ਰਹੇ ਇਹ ਕਿੰਨੇ ਲੱਡੂਆਂ ਨਾਲ ਤੋਲਿਆ ਜਾ ਰਿਹਾ ਉਹਨਾਂ ਨੂੰ? ਅਸੀਂ ਕੁਆਂਟਲ ਦੇ ਲੱਡੂ ਲੈਂਦੇ ਹਾਂ, ਜਿਹਨਾਂ ਉਹਨਾਂ ਦਾ 80 ਸਿੰਗਲ ਬਜਟ ਸੀ, ਸਨਮਾਨ ਕੁਆਂਟਲ ਦੇ ਲੱਡੂ ਲੈਂਦੇ। ਚੋਣ ਜਾਪਤਾ ਲੱਗਿਆ ਹੋਇਆ, ਜਿਹੜੇ ਦਾਅਵੇਦਾਰ ਨੇ ਉਹ ਲਗਾਤਾਰ ਕੰਪੇਨ ਕਰ ਰਹੇ ਨੇ, ਉਹਨਾਂ ਵਾਸਤੇ ਕੀ ਕਹੋਗੇ? ਕਿਹੜੀ ਪਾਰਟੀ ਨੂੰ ਤੁਸੀਂ ਸਭ ਤੋਂ ਵੱਧ ਸਪੋਰਟ ਕਰ ਰਹੇ ਹੋ ਤੇ ਕਿਹੜੀ ਪਾਰਟੀ ਵਾਸਤੇ ਤੁਸੀਂ ਕੰਮ ਕਰਨਾ ਚਾਹੋਗੇ? ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਦੇ ਹਾਂ, ਸਭ ਤੋਂ ਜ਼ਿਆਦਾ ਸਾਡੇ ਇਲਾਕੇ ਦੇ ਉਮੀਦਵਾਰ ਨੇ ਕੁਲਵੰਤ ਸਿੰਘ ਜੀ, ਅਸੀਂ ਤਾਂ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰ ਰਹੇ ਹਾਂ, ਬਹੁਤ ਹੀ ਇਮਾਨਦਾਰ ਤੇ ਦਰਵੇਸ਼ ਤੇ ਬਹੁਤ ਹੀ ਨਰਮ ਦਿਲ ਇਨਸਾਨ ਨੇ, ਜੋ ਹਰ ਬੰਦੇ ਨਾਲ ਖੜਦੇ ਨੇ। ਅੱਜ ਤੁਹਾਨੂੰ ਉਹ ਮਾਣ ਪ੍ਰਾਪਤ ਹੋਇਆ ਜੋ ਹਰ ਇੱਕ ਕੈਂਡੀਡੇਟ ਦਾ ਸੁਪਨਾ ਹੁੰਦਾ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਬਹੁਤ ਵੱਡੀ ਲਹਿਰ ਚੱਲੀ ਹੋਈ ਆ। ਹਲਕਾ ਬਰਨਾਲਾ ਦੇ ਵਿੱਚ ਅੱਜ ਬਹੁਤ ਜਿਵੇਂ ਮੜਬਰ ਜਾਂ ਫਿਰ ਆਮਸਰ, ਬਹੁਤ ਪੰਚਾਇਤਾਂ ਵੀ ਅੱਜ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ। ਔਰ ਅੱਜ ਜਿਹੜਾ ਇਕੱਲਾ ਵਰਕਰ ਆ ਜਾਂ ਵੋਟਰ ਆ, ਉਹ ਮਹਿਸੂਸ ਕਰ ਰਿਹਾ ਵੀ ਜਿਹੜੇ ਪਿਛਲੇ 5 ਸਾਲ ਲੰਘੇ ਆ ਉਹਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ, ਦੱਬ ਕੇ ਰਹਿ ਗਿਆ ਗਰੀਬ ਵਰਗ, ਹਰੇਕ ਦਾ ਨੀਲਾ ਕਾਰਡ ਕੱਟਿਆ ਗਿਆ, ਕੋਈ ਕਿਸੇ ਦੀ ਸੁਣਵਾਈ ਨਹੀਂ ਸੀਗੀ। ਹਰੇਕ ਇਹ ਦੇਖ ਰਿਹਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਰਕਾਰ ਬਣੇ, ਤਾਂ ਕਿ ਸਾਡੀ ਦਵੇ ਕੁਚਲੇ ਜਿਹੜੇ ਗਰੀਬ ਵਰਗ ਆ ਉਹਨਾਂ ਦੀ ਬਾਂਹ ਫੜੀ ਜਾਵੇ। ਜਿਵੇਂ ਵੱਡੀਆਂ ਸਮੱਸਿਆਵਾਂ ਜਿਵੇਂ ਪੜ੍ਹਾਈ ਦੀ ਆ ਜਾਂ ਸਾਡੇ ਮੈਡੀਕਲ, ਉਹ ਸਾਰਾ ਬਾਦਲ ਸਾਹਿਬ ਨੇ ਵੀ ਐਲਾਨ ਕੀਤਾ ਵੀ ਅਸੀਂ ਪਹਿਲ ਦੇ ਆਧਾਰ ਤੇ ਇਹਦੇ ਵੱਲ ਅਸੀਂ ਵਿਸ਼ੇਸ਼ ਧਿਆਨ ਦੇਵਾਂਗੇ, ਜਿਹੜੀਆਂ ਕੋਈ ਦਿੱਕਤਾਂ ਉਹ ਦੂਰ ਕਰਾਂਗੇ। ਪਿਛਲੇ ਹੀ ਦਿਨ ਬਾਦਲ ਸਾਹਿਬ ਦੀ ਰੈਲੀ ਹੋਈ ਸੀ ਪੰਜਾਬ ਬਰਨਾਲਾ ਹੰਡਿਆਇਆ ਜੜੂਰ ਵਿਖੇ, ਉਹਨਾਂ ਵੱਲੋਂ ਕਿਹੜੇ ਕਿਹੜੇ ਐਲਾਨ ਕੀਤੇ ਗਏ ਨੇ ਤੇ ਕਿਹੜੇ ਕਿਹੜੇ ਉੱਤੇ ਕੰਮ ਸ਼ੁਰੂ ਕੀਤਾ ਗਿਆ? ਦੇਖੋ, ਉਹਨਾਂ ਨੇ ਜਿਹੜੇ ਐਲਾਨ ਆ, ਹੁਣ ਚੋਣ ਜਾਬਤਾ ਲੱਗਿਆ, ਕੰਮ ਤਾਂ ਹਲੇ ਆਪਾਂ ਉਹਨਾਂ ਟਾਈਮ ਕੋਈ ਸ਼ੁਰੂ ਹੋ ਹੀ ਨਹੀਂ ਸਕਦਾ, ਉਹ ਤਾਂ ਸਰਕਾਰ ਦੇ ਵਿੱਚ ਹੋਣਗੇ। ਪਰ ਉਹਨਾਂ ਨੇ ਇਹ ਐਲਾਨ ਕੀਤੇ ਵੀ ਜੋ ਇੱਥੋਂ ਦੀਆਂ ਮੁਸ਼ਕਲਾਂ ਬਰਨਾਲੇ ਹਲਕੇ ਦੀਆਂ, ਮੈਨੂੰ ਉਹ ਲਿਸਟ ਬਣਾ ਕੇ ਦੇ ਦਿਓ। ਸਰਕਾਰ 1 'ਚ ਪਹਿਲੇ 6 ਮਹੀਨਿਆਂ ਦੇ ਵਿੱਚ ਸਾਰੀਆਂ ਹੀ ਮੁਸ਼ਕਲਾਂ ਦਿੱਕਤਾਂ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਕੇ ਦਊਂਗਾ। ਜੇ ਕੋਈ ਡਿਵੈਲਪਮੈਂਟ ਦੇ ਕੰਮ ਵੀ ਜੋ ਰਹਿੰਦੇ ਆ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 80% ਹੋਏ ਆ, ਜਿਹੜੇ ਰਹਿੰਦੇ ਆ ਉਹ ਕਾਂਗਰਸ ਦੇ ਦਰਮਿਆਨ ਇੱਕ ਕੰਮ ਵੀ ਪ੍ਰਣਾਲੀ 'ਚ ਡਿਵੈਲਪਮੈਂਟ ਦਾ ਨਹੀਂ ਹੋਇਆ, ਉਹ ਵੀ ਅਸੀਂ ਉਹਦੇ ਪੂਰੇ ਕਰ। ਤੁਸੀਂ ਕਾਂਗਰਸੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ, ਪਰ ਕਾਂਗਰਸੀ ਆਗੂਆਂ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਕਿ ਸਾਡੇ ਵੱਲੋਂ ਬਹੁਤ ਵਿਕਾਸ ਕੀਤਾ ਗਿਆ ਹੈਗਾ। ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹੋ ਵੀ ਜੇ ਇੱਟਾਂ ਗਲੀ 'ਚ ਲਾਤਗਾ ਉਹ ਕੋਈ ਵਿਕਾਸ ਨਹੀਂ ਹੁੰਦਾ, ਵੀ ਹੋਰ ਤੁਸੀਂ ਕੀ ਪ੍ਰੋਜੈਕਟ ਪ੍ਰਣਾਲੀ ਲੈ ਕੇ, ਜੇ ਕੋਈ ਲੈ ਕੇ ਆਏ ਹੋ ਤਾਂ ਅਸੀਂ ਡਿਬੇਟ ਕਰਨ ਨੂੰ ਤਿਆਰ। ਧੰਨਵਾਦ। ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਵੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਲਹਿਰ ਚੱਲ ਰਹੀ ਆ, ਆਪਾਂ ਅਮਨ ਸ਼ਾਂਤੀ ਦੇ ਨਾਲ ਜਿਹੜਾ 20 ਤਰੀਕ ਤੱਕ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਸਾਰਿਆਂ ਨੇ।